ਕਹਿਣ ਵਾਲੇ ਕਹਿੰਦੇ ਆ ਸਾਧਾਂ ਦੇ ਡੇਰੇ ਨਾ ਜਾਓ, ਸਾਧੂਆਂ ਸੰਤਾਂ ਨੂੰ ਨਾ ਮੰਨੋ, ਇਹ ਪਖੰਡੀ ਨੇ। ਜੇ ਸਾਰੇ ਸਾਧੂ ਨਹੀਂ ਤੇ ਸਾਰੇ ਪਖੰਡੀ ਵੀ ਨਹੀਂ, ਜੇਕਰ ਸਾਰੇ ਸਾਧੂ ਨਹੀਂ ਤੇ ਫਿਰ ਸਾਰੇ ਪਖੰਡੀ ਵੀ ਨਹੀਂ। ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਗੁਰੂ ਨਾਨਕ ਦੀਆਂ ਮਿਹਰਾਂ ਵਰਤ ਰਹੀਆਂ ਨੇ, ਬਖਸ਼ਿਸ਼ਾਂ ਵਰਤ ਰਹੀਆਂ ਨੇ। ਜਿੱਧਰ ਗੁਰੂ ਨਾਨਕ ਪਾਤਸ਼ਾਹ ਮਿਹਰ ਭਰੀ ਨਿਗਾਹ ਨਾਲ ਤੱਕਦੇ ਆ, ਉੱਥੇ ਸੰਤ ਮਹਾਂਪੁਰਸ਼ ਪੈਦਾ ਹੋ ਜਾਂਦੇ। ਅਮਿਓ ਦ੍ਰਿਸ਼ਟ ਪੇਖੇ ਹੋਏ ਸੰਤ, ਇੱਕ ਕਾਰੋਬਾਰੀ, ਇੱਕ ਗ੍ਰਿਸ਼ਤੀ, ਚਾਹੇ ਕੋਈ ਕਿਸੇ ਵਿਹਾਰ ਵਾਲਾ ਹੈ, ਜਿਹਦੇ ਤੇ ਗੁਰੂ ਦੀ ਅੰਮ੍ਰਿਤ ਭਰੀ ਦ੍ਰਿਸ਼ਟੀ ਪੈ ਗਈ, ਉਹ ਸੰਤ ਬਣ ਗਿਆ। ਇੱਕ ਸੰਤਾਂ ਨੇ ਬਚਨ ਸੁਣਾਇਆ, ਕਹਿੰਦੇ ਸਾਡੇ ਪਿੰਡ ਆਏ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਦੀਵਾਨ ਲਾਇਆ। ਕਹਿੰਦੇ ਮੈਂ ਛੋਟਾ ਜਿਹਾ ਅੱਗੇ ਬੈਠਾ ਸੀ ਸੰਤਾਂ ਸੰਗਤ ਦੇ ਵਿੱਚ, ਤੇ ਮਹਾਂਪੁਰਸ਼ ਦੀਵਾਨ ਲਾਇਆ ਬਚਨ ਕਰ ਰਹੇ ਸਨ। ਬਚਨ ਕਰਦਿਆਂ ਕਰਦਿਆਂ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ, ਲੋਕੀ ਆਖਦੇ ਨੇ ਗੁਰੂ ਨਾਨਕ ਸੰਤ, ਦਸ ਗੁਰੂ ਸੰਤ ਹੋਏ ਨੇ, ਹੋਰ ਕੋਈ ਸੰਤ ਨਹੀਂ। ਕਹਿੰਦੇ ਐਡੇ ਵੱਡੇ ਮਾਲਕ ਨੂੰ, ਸ੍ਰਿਸ਼ਟੀ ਦੇ ਮਾਲਕ ਨੂੰ, ਆਪ ਨਿਰੰਕਾਰ ਨੂੰ ਛੋਟਾ ਰੁਤਬਾ ਦੇਣਾ, ਇਹ ਉਸ ਮਾਲਕ ਦੀ ਸੋਭਾ ਨਹੀਂ, ਵਡਿਆਈ ਨਹੀਂ। ਗੁਰੂ ਨਾਨਕ ਪਾਤਸ਼ਾਹ ਤਾਂ ਸੰਤ ਬਣਾਉਣ ਆਏ ਸਨ। ਭਾਈ ਗੁਰਦਾਸ ਜੀ ਕਹਿੰਦੇ ਆ, ਥੰਮੇ ਕੋਏ ਨਾ ਸਾਧ ਬਿਨ, ਸਾਧਨਾ ਦਿਸੇ ਜਗ ਵਿੱਚ ਕੋਆ। ਕੋਈ ਵੀ ਮਹਾਂਪੁਰਖ ਸੰਸਾਰ ਦਾ ਥੰਮ ਨਹੀਂ ਦਿਸ ਰਿਹਾ, ਕੋਈ ਪੂਰਾ ਸਾਧੂ। ਇਹ ਕਦੋਂ ਦੀ ਗੱਲ ਏ, ਜਦੋਂ ਗੁਰੂ ਨਾਨਕ ਸਾਹਿਬ ਨੇ ਅਜੇ ਅਵਤਾਰ ਨਹੀਂ ਤਾਰਿਆ ਸੀ। ਇਹ ਭਾਈ ਗੁਰਦਾਸ ਜੀ ਉਦੋਂ ਦਾ ਹਾਲ ਇਸ ਸਾਰੀ ਵਾਰ ਵਿੱਚ ਲਿਖ ਰਹੇ ਨੇ। ਜਦੋਂ ਅਜੇ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰਨਾ ਹੈ, ਉਸ ਤੋਂ ਪਹਿਲਾਂ ਜਿਹੜਾ ਮਾਹੌਲ ਸੀ ਉਹ ਵਾਰਾਂ ਦੇ ਵਿੱਚ ਲਿਖਿਆ। ਥੰਮੇ ਕੋਏ ਨਾ ਸਾਧ ਬਿਨ, ਸਾਧ ਨਾ ਦਿਸੇ ਜਗ ਵਿੱਚ ਕੋਆ। ਸਾਰਾ ਹਾਲ ਲਿਖਿਆ ਕਿ ਉਸ ਸਮੇਂ ਦੇ ਬਾਹਮਣਾਂ ਦੇ, ਪੰਡਤਾਂ ਦੇ, ਪੁਜਾਰੀਆਂ ਦੇ, ਮੁੱਲਾ ਮੌਲਵੀਆਂ ਦੇ ਕੀ ਹਾਲ ਸਨ, ਆਪਸ ਵਿੱਚ ਅੱਗ ਵਿੱਚ ਸੜ ਰਹੇ ਸਨ। ਇਹ ਗੁਰੂ ਨਾਨਕ ਪਾਤਸ਼ਾਹ ਨੇ ਅਵਤਾਰ ਧਾਰਿਆ। ਬਾਬਾ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੇ ਮਿਹਰ ਕਰਨ, ਆ ਬੱਚਾ ਵੀ ਸੰਤ ਬਣ ਸਕਦਾ ਹੈ। ਆਖੋ ਸ੍ਰੀ ਕਹਿੰਦੇ ਮੈਂ ਬੈਠਾ ਸੀ ਸਾਹਮਣੇ, ਛੋਟੀ ਉਮਰ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਹੱਥ ਕਰ ਦਿੱਤਾ। ਇਹ ਸੰਤ ਮੱਖਣ ਸਿੰਘ ਜੀ ਸੱਤੋ ਗਲੀ ਵਾਲੇ, ਜਿਹੜੇ ਇਸ ਸਮੇਂ ਭਾਈ ਮਨੀ ਸਿੰਘ ਦੀ ਟਕਸਾਲ ਦੇ ਸੇਵਾ ਨਿਭਾ ਰਹੇ ਹਨ, ਬੜੇ ਪ੍ਰਚਾਰਕ ਨੇ, ਵਿਦਵਾਨ ਮਹਾਂਪੁਰਖ ਨੇ, ਜਿਨ੍ਹਾਂ ਨੇ ਗੁਰਬਾਣੀ ਦੇ, ਗੁਰੂ ਗ੍ਰੰਥ ਸਾਹਿਬ ਦੇ ਸਟੀਕ ਕੀਤੇ ਆ। ਅਮੀਰ ਭੰਡਾਰ ਸੰਤ ਕਿਰਪਾਲ ਸਿੰਘ ਜੀ, ਸੰਤ ਅਮੀਰ ਸਿੰਘ ਜੀ,
ਉਸ ਥਾਂ ਦੇ ਉਹ ਮੁਖੀ ਮਹਾਂਪੁਰਖ ਪੰਜ ਗਰਾਈਆਂ ਪਿੰਡ ਕਹਿੰਦੇ ਸਾਡੇ ਨਗਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਆਏ ਤੇ ਬਚਨ ਕੀਤੇ ਕਿ ਲੋਕੀ ਗੁਰੂ ਨਾਨਕ ਸਾਹਿਬ ਨੂੰ ਸੰਤ ਆਖਦੇ ਨੇ। ਗੁਰੂ ਨਾਨਕ ਸਾਹਿਬ ਕਿਰਪਾ ਕਰਨ ਆ ਬੱਚਾ ਵੀ ਸੰਤ ਬਣ ਸਕਦਾ ਹੈ। ਉਹਨਾਂ ਦੇ ਬਚਨ ਹੋਏ, ਮਹਾਂਪੁਰਖਾਂ ਦੀ ਸੰਗਤ ਮਿਲੀ। ਭਲੇ ਦਿਵਸ ਭਲੇ ਸੰਯੋਗ, ਉਹ ਦਿਨ ਚੰਗੇ ਨੇ, ਉਹ ਸੰਯੋਗ ਚੰਗੇ ਆ ਜਿਹੜੇ ਗੁਰੂ ਵੱਲ ਲੈ ਆਏ। ਜਾ ਦਿਨ ਭੇਟੇ ਸਾਧ ਮੋਏ, ਉਹ ਆ ਦਿਨ ਬਲਹਾਰੀ। ਜਿਹੜੇ ਦਿਨ ਮੈਨੂੰ ਸਾਧੂ ਸੰਤ ਮਹਾਂਪੁਰਖ ਮਿਲੇ ਆ, ਮੈਂ ਉਸ ਦਿਨ ਤੋਂ ਬਲਹਾਰ ਜਾਣਾ, ਮੈਂ ਉਸ ਦਿਨ ਤੋਂ ਕੁਰਬਾਨ ਜਾਣਾ ਜਿਹੜੇ ਦਿਨ ਮੈਨੂੰ ਸਾਧੂ ਸੰਤ ਮਿਲੇ। ਸੰਤ ਬਾਬਾ ਸੁਖਦੇਵ ਸਿੰਘ ਜੀ ਸ਼੍ਰੀ ਪੁੱਛੋ ਸਾਹਿਬ ਵਾਲਿਆਂ ਦੀਆਂ ਹੋਰ ਵੀ ਨਵੀਆਂ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰੋ।